गुरद्वारा श्री करतारपुर साहब पाकिस्तान के लांघे नूं खुल्लिया पूरे हुए पांच साल दर्शन दीदारे करन जा रहीं संगतां विच खुशी की लहर। गुरद्वारा श्री करतार साहब जी का लांघा नवंबर 2019 नूं भारत पाकिस्तान दीआं सरकारां वल्लों खोलिया गया सी अते लांघा खुल्ले नूं पूरे पांच साल होए हन जो संगतां दर्शन दीदारे करन वास्ते गुरद्वारा श्री करतार साहब जा रही हैं। जदों उन्हां नाल गलबात की तां उह काफ़ी खुश दिखाई दित्तियां। उन्हां ने कहा कि उह करतारपुर साहब नतमस्तक होण जा रही हैं, जो उन्हां दी जिंदगी दा सुपना सी उह अज पूरा ਹੋਇਆ ਹੈ। ਇਸ ਲਈ ਦਰਸ਼ਨ ਕਰਨ ਜਾ ਰਹੇ ਹਨ। ਸੰਗਤਾਂ ਦਾ ਕਹਿਣਾ ਹੈ ਕਿ ਭਾਰਤ ਪਾਕਿਸਤਾਨ ਵੱਲੋਂ ਖੋਲ੍ਹਿਆ ਲਾਂਘਾ ਦੋਹਾਂ ਦੇਸ਼ਾਂ ਵਿੱਚ ਪੁੱਲ ਦਾ ਕੰਮ ਕਰ ਰਿਹਾ ਹੈ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਮਿਲਾਉਣ ਦਾ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ 3,42,000 ਦੇ ਕਰੀਬ ਸੰਗਤਾਂ ਪਿਛਲੇ ਪੰਜ ਸਾਲਾਂ 'ਚ ਗੁਰਦੁਆਰਾ ਸ਼੍ਰੀ ਕਰਤਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਚੁੱਕੀਆਂ ਹਨ। ਸੁਖਮਿੰਦਰ ਸਿੰਘ ਹੈ ਜੀ ਨਾਮ ਮੇਰਾ, ਸਾਡਾ ਸਵਾੜਾ ਪਿੰਡ ਹੈ ਜੀ ਮੋਹਾਲੀ ਦੇ ਨਾਲ, ਚੰਡੀਗੜ੍ਹ ਦੇ ਨਾਲ, ਉੱਥੋਂ ਆਇਆ ਜੀ। ਕਿੱਥੇ ਜਾ ਰਹੇ ਹੋ, ਕਿਵੇਂ? ਕਰਤਾਰਪੁਰ ਸਾਹਿਬ ਚੱਲੇ ਸੀ ਦਰਸ਼ਨਾਂ ਦੇ। ਅਰਦਾਸ ਬੇਨਤੀ ਹੈ ਵੀ ਸਾਡੇ ਜਿਹੜੇ ਦੂਜੇ ਤੀਰਥ ਸਥਾਨ ਹੈ ਜੀ, ਉਹਨਾਂ ਤੱਕ ਵੀ ਸਾਨੂੰ ਇਸ ਤਰ੍ਹਾਂ ਖੁੱਲ੍ਹ ਮਿਲੇ ਹੋਏ ਸੀ, ਦਰਸ਼ਨ ਕਰਦੇ ਰਹੀਏ, ਜਾਂਦੇ ਰਹੀਏ। ਨਨਕਾਣਾ ਸਾਹਿਬ, ਪੰਜਾ ਸਾਹਿਬ, ਪਾਕਿਸਤਾਨ ਬਹੁਤ ਖੁਸ਼ੀ ਹੈ ਜੀ। ਅਸੀਂ ਪਹਿਲਾਂ ਵੀ ਆਏ ਤੇ ਜੀ ਇੱਕ ਦਫ਼ਾ, ਹਾਂਜੀ 2 ਸਾਲ ਪਹਿਲਾਂ, ਹੁਣ ਫਿਰ ਅਸੀਂ ਚੱਲੇ ਦਰਸ਼ਨਾਂ ਲਈ। ਲੋਕਾਂ ਨੂੰ ਸੰਦੇਸ਼ ਤਾਂ ਇਹੀ ਹੈ ਵੀ ਤੁਸੀਂ ਆਓ, ਦਰਸ਼ਨ ਕਰੋ ਆਪਣੇ ਬਾਬਾ ਜੀ ਦੇ, ਇੱਥੇ ਤੀਰਥ ਸਥਾਨ ਦੇ ਕਰਤਾਰ ਸਾਹਿਬ ਦੇ। ਮੇਰਾ ਨਾਮ ਗੁਰਸ਼ਰਨ ਸਿੰਘ, ਡਿਸਟ੍ਰਿਕਟ ਮੋਹਾਲੀ ਤੋਂ ਆਇਆ ਚੰਡੀਗੜ੍ਹ ਤੋਂ। ਹਾਂਜੀ, ਕਿੱਦਾਂ, ਕਿੱਥੇ ਜਾ ਰਹੇ ਹੋ ਸਰ? ਕਿੱਦਾਂ ਲੱਗਾ? ਕਰਤਾਰਪੁਰ ਸਾਹਿਬ ਜਾ ਰਹੇ ਹਾਂ, ਦਰਸ਼ਨ ਕਰਨ ਜਾ ਰਹੇ ਹਾਂ ਬਾਬਾ ਜੀ। ਪੰਜ ਸਾਲ ਹੋ ਗਏ ਨੇ ਪੂਰੇ? ਹਾਂਜੀ ਹਾਂ, ਹੁਣ ਇਹਨਾਂ ਤੋਂ ਪਤਾ ਲੱਗਿਆ 5 ਸਾਲ ਹੋ ਗਏ। ਠੀਕ ਹੈ, ਬਹੁਤ ਵਧੀਆ, ਇਹ ਤਾਂ ਬਹੁਤ ਉਹ ਸੀਗਾ ਸਾਨੂੰ ਵੀ ਚੰਗੀ ਗੱਲ ਹੈ, ਅਸੀਂ ਜਾ ਕੇ ਆਈਏ। ਕਿਵੇਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ, ਬੜੀ ਖੁਸ਼ੀ ਹੈ ਮਨ 'ਚ, ਬਹੁਤ ਖੁਸ਼ੀ ਹੈ ਬਾਬਾ ਜੀ। ਹਾਂਜੀ, ਕੀ ਅਰਦਾਸ ਕਰਨੀ ਚਾਹੁੰਦੇ? ਅਰਦਾਸ ਚਾਹਾਂਗੇ, ਅਸੀਂ ਤਾਂ ਇਹੀ ਅਰਦਾਸ ਚਾਹਾਂਗੇ ਮਹਾਰਾਜ, ਸਾਨੂੰ ਹੋਰ ਗੁਰਦੁਆਰਾ ਨਨਕਾਣਾ ਸਾਹਿਬ ਵੀ ਖੋਲ੍ਹੋ, ਜਿੰਨੇ ਹੋਰ ਆ ਸਾਡੇ, ਅਸੀਂ ਦਰਸ਼ਨ ਕਰਨ ਜਾਈਏ, ਵੱਧ ਤੋਂ ਵੱਧ ਜਾਈਏ ਦਰਸ਼ਨ ਕਰਨ। ਇਹ ਸਰਕਾਰਾਂ ਨੂੰ ਅਸੀਂ ਬੇਨਤੀ ਕਰ ਸਕਦੇ, ਹੋਰ ਅਸੀਂ ਕੁਛ ਕਰ ਸਕਦੇ ਵੀ ਖੋਲ੍ਹੋ ਇਸ ਤਰ੍ਹਾਂ। ਮੈਂ ਅੱਜ ਕੁਲਵਿੰਦਰ ਸਿੰਘ, ਸਾਬਕਾ ਐਮ ਸੀ ਡੇਰਾ ਬਾਬਾ ਨਾਨਕ, ਅਤੇ ਬੜੀ ਖੁਸ਼ੀ ਹੋ ਰਹੀ ਆ, ਸੰਗਤਾਂ ਜਿਹੜੀਆਂ ਨੇ ਜਾ ਰਹੀਆਂ ਨੇ, ਪਰ ਜਿਹੜੇ ਅੱਜ ਜਿਹੜੇ 5 ਸਾਲ ਪੂਰੇ ਹੋਏ ਨੇ, ਅੱਗੋਂ ਜਿਹੜੇ 5 ਸਾਲ ਫਿਰ ਉਹਨਾਂ ਵਧਾ ਦਿੱਤੇ ਨੇ, ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਵਾ। ਅਸੀਂ ਮਹਾਰਾਜ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਸਾਡਾ ਦੇਸ਼ਾਂ ਦਾ ਆਪਸ ਵਿੱਚ ਪਿਆਰ ਬਣਿਆ ਰਹੇ, ਜਿਹੜਾ ਸਾਡਾ ਪੰਜਾਬ ਹੈ ਇਹ ਨਸ਼ਾ ਮੁਕਤ ਹੋਵੇ। ਹਾਂਜੀ, ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ, ਮੈਂ ਮੋਹਾਲੀ ਤੋਂ ਆਇਆ। ਸਾਨੂੰ ਬੜੀ ਖੁਸ਼ੀ ਹੋ ਰਹੀ ਹੈ, ਅੱਜ ਮੇਰਾ ਬਰਥਡੇ ਸੀਗਾ, ਮੈਂ 2 ਮਹੀਨੇ ਪਹਿਲੇ ਬੁੱਕ ਕਰਾਇਆ ਸੀ ਵੀ ਆਪਣੇ ਬਰਥਡੇ ਨੂੰ ਜਾਵਾਂਗੇ, ਨਾਲੇ 5 ਸਾਲ ਪੂਰੇ ਹੋ ਜਾਣਗੇ, ਅਤੇ ਜਦੋਂ ਅੱਗੇ ਵੀ 5 ਸਾਲ ਵਧੇ ਆ, ਉਹ ਵੀ ਸਾਨੂੰ ਬੜੀ ਖੁਸ਼ੀ ਹੋਈ ਸੀ ਜਦੋਂ ਅਖਬਾਰ ਦੇ ਵਿੱਚ ਪੇਪਰ ਦੇ ਵਿੱਚ ਆਏ ਸੀ। ਅਤੇ ਬਾਕੀ ਸਾਰੀ ਸੰਗਤ ਦਾ ਧੰਨਵਾਦ, ਬਹੁਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਮਨ ਡਗਮਗ ਹੋਇਆ ਪਿਆ ਸੀ। ਅਤੇ ਬਾਕੀ ਅਸੀਂ ਚਾਹੁੰਦੇ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਸ਼ਾਂਤੀ ਨਾਲ, ਸਾਡੇ ਗੁਆਂਢੀ ਦੇਸ਼ ਨਾਲ ਵੀ ਪਿਆਰ ਬਣਿਆ ਰਹੇ, ਅਤੇ ਨਸ਼ਿਆਂ ਤੋਂ ਪੰਜਾਬ ਦੂਰ ਹੋ ਜਾਵੇ, ਅਸੀਂ ਅਰਦਾਸ ਕਰਕੇ ਜਾਵਾਂਗੇ ਇੱਥੇ ਮਹਾਰਾਜ ਦੇ ਵੱਲੋਂ। ਬਾਕੀ ਬਹੁਤ ਬਹੁਤ ਧੰਨਵਾਦ।